ਬਣਾਉਣੀ ਆ ਵੀਡੀਓ ਮਾਈ ਸਟੂਡੈਂਟ ਲਾਈਫ ਐਕਸਪੀਰੀਅੰਸ ਐਂਡ ਤੁਹਾਨੂੰ ਦੱਸੂਗਾ ਕੀ ਪ੍ਰੋਬਲਮਸ ਕੀ ਚੈਲੰਜਸ ਫੇਸ ਕਰਨੇ ਪੈਂਦੇ ਐਜ਼ ਅ ਸਟੂਡੈਂਟ ਐਂਡ ਪਹਿਲੇ 2 ਸਾਲ ਦੀ ਸਟੱਡੀ ਜਿਹੜੀ ਬੇਸਿਕਲੀ ਹਰ ਕੋਈ ਲੈ ਕੇ ਆਉਂਦਾ ਉਹਦੇ 'ਚ ਕੀ ਹੁੰਦਾ ਆ ਸੋ ਜਸਟ ਬਣੇ ਰਹੋ ਵੀਡੀਓ ਦੇ ਨਾਲ ਸੋ ਅੱਜ ਮੌਸਮ ਬਹੁਤ ਵਧੀਆ ਸੀਗਾ ਅਤੇ ਮੈਂ ਕਿਹਾ ਬੈਕਯਾਰਡ 'ਚ ਬਹਿ ਕੇ ਵੀਡੀਓ ਬਣਾਉਂਦੇ ਹਾਂ ਹੁਣ ਹੈਗਾ ਆ 7 ਡਿਗਰੀ ਟੈਂਪਰੇਚਰ ਹੈਗਾ ਆ ਅੱਜ ਸਮਰਸ ਆਰ ਕਮਿੰਗ ਬਟ ਇਟਸ ਕਰੋਨਾ ਟਾਈਮ ਅਤੇ ਕਰੋਨਾ ਟਾਈਮ ਕਰਕੇ ਸਾਰੇ ਘਰ ਬੈਠੇ ਰਹਿੰਦੇ ਆ ਈਵਨ ਮੈਂ ਵੀ ਵੀਕਐਂਡਸ 'ਤੇ ਹੁਣ ਆਪਾਂ ਸਾਰੇ ਘਰ ਹੀ ਹੁੰਦੇ ਹਾਂ ਹੈ ਨਾ ਨਹੀਂ ਤਾਂ ਬਾਹਰ ਅੰਦਰ ਬੰਦਾ ਮਾੜਾ ਮੋਟਾ ਗੇੜਾ ਮਾਰਿਆ ਹੁੰਦਾ ਯਾਰ ਅਤੇ ਕਰੋਨੇ ਕਰਕੇ ਆਪਾਂ ਹੁਣ ਘਰ ਹੀ ਹਾਂ ਹੁਣ ਗੱਲ ਸ਼ੁਰੂ ਕਰਦੇ ਹਾਂ ਮੈਨੂੰ ਹੋ ਗਏ ਇੱਥੇ ਤਕਰੀਬਨ 3 ਸਾਲ ਅਤੇ 3 ਸਾਲ ਦੇ ਵਿੱਚ ਬਹੁਤ ਕੁਛ ਹੋਇਆ ਬਹੁਤ ਕੁਛ ਐਕਸਪੀਰੀਅੰਸ ਕੀਤਾ ਐਜ਼ ਅ ਸਟੂਡੈਂਟ ਵੀ ਅਤੇ ਵਰਕ ਪਰਮਿਟ 'ਤੇ ਮੈਨੂੰ ਆਲਮੋਸਟ 1 ਸਾਲ ਹੋ ਚੱਲਿਆ ਅਤੇ ਹੋ ਜਾਣਾ ਮਤਲਬ 2 ਕੁ ਮਹੀਨਿਆਂ ਨੂੰ 2 ਕੁ ਮਹੀਨੇ ਰਹਿੰਦੇ ਹਾਂ ਵਰਕ ਪਰਮਿਟ 'ਤੇ ਸਟੱਡੀ ਖਤਮ ਹੋਏ ਨੂੰ ਐਕਚੁਅਲੀ ਅਤੇ ਫਿਰ ਗੱਲ ਕੀ ਹੈ ਕਿ ਕਾਫੀ ਚੀਜ਼ਾਂ ਫੇਸ ਕਰਦਾ ਬੰਦਾ ਐਜ਼ ਅ ਸਟੂਡੈਂਟ ਲੈ ਆਪਾਂ ਤਾਂ ਕੀ ਕਹਿਣਾ ਦੱਸੋ ਭਾਜੀ ਕੀ ਸਵਾਲ ਐਕਚੁਅਲੀ ਤੁਸੀਂ ਦੱਸੋ ਕਿ ਕਿੱਦਾਂ ਕਿੱਦਾਂ ਮੈਂ ਤਾਂ ਦੱਸਣ ਲੱਗਿਆ ਸੀ ਕਿ 2 ਸਾਲ ਦੇ ਵਿੱਚ ਮੈਂ ਕੀ ਫੇਸ ਕੀਤਾ ਅਤੇ ਵੀ ਜਿਵੇਂ ਹੁਣ ਜਿਵੇਂ ਯਾਰ ਪਹਿਲਾਂ ਮੈਂ ਕੈਨੇਡਾ ਆਉਣ ਤੋਂ ਪਹਿਲਾਂ ਮੈਨੂੰ ਸੀਗਾ ਕਿ ਹੈ ਨਾ ਵੀ ਕਾਫੀ ਚੀਜ਼ਾਂ ਈਜ਼ੀ ਹੋਣਗੀਆਂ ਅਤੇ ਕਾਫੀ ਲੋਕਾਂ ਨੂੰ ਲੱਗਦਾ ਹੈ ਨਾ ਵੀ ਈਜ਼ੀ ਹੋਊਗਾ ਕਿ ਆਪਾਂ ਹੈ ਨਾ ਕਾਰ ਲੈ ਲਾਂਗੇ ਕੰਮ ਕੁੰਮ ਸੌਖਾ ਮਿਲ ਜੂਗਾ ਰਾਈਟ ਬਿਲਕੁਲ ਆਪਾਂ ਉਹ ਕਹਿੰਦੇ ਨਹੀਂ ਹੁੰਦੇ ਸੀਗੇ ਕਿ ਆਪਣੇ ਰਿਲੇਟਿਵਸ ਆਪਾਂ ਨੂੰ ਕੋਸਦੇ ਹੁੰਦੇ ਸੀਗੇ ਕਿ ਬਈ ਨਾ ਜਾਓ ਬਾਹਰ ਇਹ ਚੀਜ਼ ਹੈਗੀ ਉਹ ਚੀਜ਼ ਹੈਗੀ ਫਿਰ ਆਪਾਂ ਰਿਲੇਟਿਵਸ ਦੇ ਅਗੇਂਸਟ ਜਾਂਦੇ ਹੁੰਦੇ ਸੀ ਕਹਿ ਕੇ ਬਈ ਰਿਲੇਟਿਵਸ ਆਪਣਾ ਵਧੀਆ ਨਹੀਂ ਚਾਹੁੰਦੇ ਤਾਂ ਕਹਿ ਰਹੇ ਕਿ ਲਾਈਫ ਬਾਹਰ ਤਾਂ ਇੰਨੀ ਡਿਫਿਕਲਟ ਹੈ ਨਾ ਬਟ ਔਨ ਅ ਵੈਰੀ ਸੀਰੀਅਸ ਨੋਟ ਜਦ ਬੰਦਾ ਇੱਥੇ ਪਹੁੰਚਦਾ ਹੈ ਜਾਂ ਜੋਬ ਲੱਭਦਾ ਹੈ ਜਿਵੇਂ ਹੁਣ ਜਨਵਰੀ ਦੇ ਵਿੱਚ ਆਪਣੇ ਇੱਥੇ ਜਿਵੇਂ ਵਿੰਟਰ ਬਹੁਤ ਜ਼ਿਆਦਾ ਹੁੰਦੀ ਹੈ ਜਿਹੜੇ ਇੰਟੇਕ 'ਚ ਬੱਚੇ ਆਏ ਆ ਉਹਨਾਂ ਦੇ ਹੱਦ ਤੱਕ ਜੋਬ ਨਹੀਂ ਹੈਗੀ ਜਿਹੜੇ ਸੀਰੀਅਸ ਸਿਨੈਰੀਓਸ ਜਿਹੜੇ ਹੈ ਹੁੰਦੇ ਆ ਕਨਸਰਨਸ ਉਹ ਬਹੁਤ ਜ਼ਿਆਦਾ ਉੱਪਰ ਹੁਣ ਕਰੋਨਾ ਆ ਗਿਆ ਕਰੋਨਾ ਹੁਣ ਤਾਂ ਆਉਣ ਦਾ ਫਾਇਦਾ ਵੀ ਹੈ ਨਹੀਂ ਇੰਨੀ ਜਲਦੀ ਕਿਉਂਕਿ ਹੁਣ ਮੇਰੇ ਖੁਦ ਦੇ ਕਜ਼ਨ ਦਾ ਵੀਜ਼ਾ ਲੱਗਿਆ ਹੋਇਆ ਸੀ ਮੇ ਇਨਟੇਕ ਦਾ ਉਹਦੀ ਫਲਾਈਟ ਕੈਂਸਲ ਹੋ ਗਈ ਅਤੇ ਹੁਣ ਔਨਲਾਈਨ ਕਲਾਸਾਂ ਹੋ ਗਈਆਂ ਅਤੇ ਜਿਨ੍ਹਾਂ ਨੂੰ ਕਾਹਲੀ ਹੈ ਆਉਣ ਦੀ ਉਹ ਕਾਹਲੀ ਕਰਨ ਵੀ ਨਾ ਕਿਉਂਕਿ ਆਉਣ ਦਾ ਕੋਈ ਫਾਇਦਾ ਨਹੀਂ ਕੰਮ ਤਾਂ ਮਿਲਣਾ ਨਹੀਂ ਹੈਗਾ ਕੰਮ ਨਹੀਂ ਹੈਗਾ ਜਦੋਂ ਤੱਕ ਔਨਲਾਈਨ ਕਲਾਸਾਂ ਹੈਗੀਆਂ ਆਪਦਾ ਇੰਡੀਆ ਰਹਿ ਕਿ ਖਰਚਾ ਬਚਾਵੇ ਬੰਦਾ ਰਾਈਟ ਅਤੇ ਇੰਡੀਆ ਹੀ ਆਪਣਾ ਪੜ੍ਹੇ ਬਿਲਕੁਲ ਅਤੇ ਐਵੇਂ ਹੀ ਮਤਲਬ ਬਹੁਤਾ ਮਾਇੰਡ ਦੇ ਵਿੱਚ ਉਹ ਲੈ ਕੇ ਆਉਣ ਦੀ ਲੋੜ ਨਹੀਂ ਹੈਗੀ ਕਿ ਹੈ ਨਾ ਬਹੁਤ ਈਜ਼ੀ ਨੇ ਚੀਜ਼ਾਂ ਕਾਫੀ ਟਾਈਮ ਬਾਅਦ ਮਿਲਦੀਆਂ ਚੀਜ਼ਾਂ ਸੋ ਹੌਲੀ ਹੌਲੀ ਆਪਣਾ ਪ੍ਰੋਗਰੈਸ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਅਤੇ ਕੰਮ ਵੀ ਟਾਈਮ ਦੇ ਨਾਲ ਮਿਲਦਾ ਰਾਈਟ ਬਿਲਕੁਲ ਅਤੇ ਮਿਹਨਤ ਤਾਂ ਕਰਨੀ ਪੈਂਦੀ ਆ ਆਪ ਹੀ ਬਣਾ ਕੇ ਖਾਣਾ ਪੈਂਦਾ ਰਾਈਟ ਸਾਰਾ ਕੁਛ ਆਪ ਹੀ ਕਰਨਾ ਪੈਂਦਾ ਕੋਈ ਕਰਕੇ ਨਹੀਂ ਦਿੰਦਾ ਜਿਹੜੇ ਬੰਦੇ ਕਹਿੰਦੇ ਗੱਡੀ ਈਜ਼ੀ ਆ ਬਿਲਕੁਲ ਈਜ਼ੀ ਨਹੀਂ ਆਪਣੇ ਜਸਕਰਨ ਭਾਜੀ ਲੈ ਲਓ 2 ਸਾਲ ਹੋ ਗਏ ਆ ਸਟੱਡੀ ਪਰਮਿਟ ਓਵਰ ਹੋ ਗਿਆ ਵਰਕ ਪਰਮਿਟ ਆਣ ਨੂੰ ਆ ਨਾ ਜਿਵੇਂ ਲੋਕ ਕਹਿੰਦੇ ਆਉਂਦੇ ਸਾਰੇ ਆਪਾਂ ਬਈ ਆਹ ਬੰਦੇ ਨੇ ਆਹ ਗੱਡੀ ਲੈ ਲਈ ਇਹ ਇੰਨਾ ਈਜ਼ੀ ਨਹੀਂ ਹੈਗਾ ਇੱਥੇ ਬੰਦੇ ਨੂੰ ਮਤਲਬ ਜ਼ਿਆਦਾਤਰ ਟੋਰਾਂਟੋ 'ਚ ਤਾਂ ਬਿਲਕੁਲ ਨਹੀਂ ਜਦ ਇੰਸ਼ੋਰੈਂਸ ਮਾਰ ਦਿੰਦਾ ਉਹ ਵੀ ਕਾਫੀ ਚੀਜ਼ਾਂ ਨੂੰ ਗੱਡੀ ਦਾ ਮੇਜਰ ਐਕਸਪੈਂਸ ਹੈਗਾ ਹੀ ਇੰਸ਼ੋਰੈਂਸ ਆ ਕਿਉਂਕਿ ਲੋ ਹੋਰ ਬੰਦਾ ਵੀ ਆ ਗਿਆ ਆਪਾਂ ਆ ਹੁਣ ਇਹ ਸਟੂਡੈਂਟ ਲਾਈਫ ਹੈਗੀ ਆ ਬਟ ਤੁਸੀਂ ਆਪਣਾ ਵੀ ਕਿੱਸਾ ਸੁਣਾਓ ਜਿਹੜਾ ਲਾਈਫ ਬੰਦੇ ਨੂੰ ਈਜ਼ਾ ਲੱਗ ਰਿਹਾ ਜਿਹੜੇ ਤੁਹਾਡੇ ਹੱਥਾਂ ਦੇ ਜਿਹੜੇ ਤੇਲ ਗਿਰੇ ਹੋਏ ਆ ਰੈਸਟੋਰੈਂਟ ਦੇ ਉਹ ਸਾਰਾ ਦੱਸੋ ਲੋਕਾਂ ਨੂੰ ਨਹੀਂ ਨਹੀਂ ਪਾਰਟ ਟਾਈਮ ਐਕਸਪੀਰੀਅੰਸ ਦੱਸੋ ਕਿੱਦਾਂ ਰਿਹਾ ਪਾਰਟ ਟਾਈਮ ਸਟੂਡੈਂਟ ਲਾਈਫ ਐਕਸਪੀਰੀਅੰਸ ਕਿੱਦਾਂ ਰਿਹਾ ਵੈਸੇ ਮੈਂ ਆਇਆ ਸੀ ਇੱਥੇ ਮਈ ਦੇ ਵਿੱਚ ਅਤੇ ਪਿਛਲੇ ਸਾਲ ਦੀ ਗੱਲ ਹੈ ਮਈ ਦੇ ਵਿੱਚ ਅਤੇ ਪਹਿਲਾਂ ਮੈਂ ਆ ਕੇ ਬਹੁਤ ਜਿਵੇਂ ਹੈ ਨਾ ਬੰਦਾ ਥਾਂ ਥਾਂ 'ਤੇ ਰਿਜ਼ਿਊਮ ਦਿੰਦਾ ਇੰਡੀਡ ਨਾਲ ਭਰੇ ਪਏ ਸਾਰੇ ਈਮੇਲ ਜ਼ਿਪ ਰਿਕਰੂਟਰ ਫਿਰ ਮੈਨੂੰ ਇੱਕ ਵਧੀਆ ਮੈਨੂੰ ਇੱਕ ਬਹੁਤ ਭੋਲਾ ਮਾਨਸ ਬੰਦਾ ਮਿਲਿਆ ਸਿੱਡ ਨਾਂ ਦਾ ਉਹ ਬੰਦਾ ਆਪਣਾ ਟੋਰਾਂਟੋ ਇੱਥੇ ਡਾਊਨ ਟਾਊਨ ਕੰਮ ਕਰਦਾ ਸੀ ਉਹਨਾਂ ਨੇ ਦੱਸਿਆ ਵੀ ਹਾਇਰਿੰਗ ਚੱਲਦੀ ਆ ਅੱਛਾ ਮੈਂ ਐਮਸਟਰਡਮ ਬਰੂ ਹਾਊਸ ਲੱਗਿਆ ਐਜ਼ ਅ ਲਾਈਨ ਕੁੱਕ 13-13 ਘੰਟੇ ਦੀਆਂ ਸ਼ਿਫਟਾਂ ਲਾਈਆਂ ਬਹੁਤ ਔਖਾ ਰੈਸਟੋਰੈਂਟ 'ਚ ਮੈਂ ਵੀ 2 ਮਹੀਨੇ ਕੰਮ ਕੀਤਾ ਆ ਤੇ ਕਾਫੀ ਤੇਜ਼ ਹੁੰਦਾ ਕੰਮ ਯਾਰ ਬਹੁਤ ਭਾਜੀ ਲਗਾਤਾਰ ਪੈਟੀਆਂ ਬਣਾਈ ਚੱਲੋ ਲਗਾਤਾਰ 버ਗਰ ਮੈਂ ਦਿਨ ਚ 150-200 200 버ਗਰ ਰਸ਼ ਆਵਰ ਚਲਾ ਦਿੰਦਾ ਹੁੰਦਾ ਸੀ ਓਏ ਹੋਏ 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 ਨਜਾਇਜ਼ ਬਹੁਤ ਔਖਾ ਯਾਰ ਟੈਕਸ ਟੁਕਸ ਕੱਟ ਕੇ ਫੇਰ ਉਹੀ $600 ਹੀ ਪੱਲੇ ਪੈਂਦਾ ਹਾਂ ਬਾਈ ਵੀਕਲੀ 600 ਮਹੀਨੇ ਦਾ 1200 ਹੋ ਗਿਆ ਅੰਦਰ ਸਰ ਭਾਜੀ ਬਸ
ਇੱਕ ਬੰਦਾ ਧਿਆਨ ਰੱਖੇ ਵੀ ਸ਼ੌਂਕ ਨਾ ਪਾਲੇ ਨਾ ਨਾ ਖਰਚਾ ਵਧਾਵੇ ਆਪਦਾ ਜਿੰਨੇ ਚੋਂ ਆਏ ਆ ਉਨੇ ਚ ਹੀ ਰਹੋ ਕਿਉਂਕਿ ਆਪਾਂ ਯਾਰ ਆਪਣੇ ਜਿਵੇਂ ਆਪਾਂ ਪੰਜਾਬ ਤੋਂ ਆਉਂਦੇ ਹਾਂ ਠੀਕ ਹੈ ਆਪਣੇ ਉੱਥੇ ਇੰਨਾ ਮਾਹੌਲ ਹੈ ਨਹੀਂ ਹੈ ਨਾ ਕਲੱਬਿੰਗ ਕਲੁਬਿੰਗ ਕਰਨ ਦਾ ਬਿਲਕੁਲ ਨਹੀਂ ਪਰ ਜਿਹੜੇ ਹੋਰ ਆਪਣੇ ਦਿੱਲੀ ਸਾਈਡ ਮੁੰਬਈ ਸਾਈਡ ਤੋਂ ਆਉਂਦੇ ਨੇ ਰਾਈਟ ਉਹਨਾਂ ਦੇ ਹੈਗਾ ਹੈ ਨਾ ਕਲੱਬਿੰਗ ਕਲੁਬਿੰਗ ਦਾ ਤੇ ਆਉਂਦੇ ਸਾਰ ਉਹ ਪੈਸਾ ਬਹੁਤ ਵੇਸਟ ਕਰ ਲੈਂਦੇ ਨੇ ਕਿਉਂਕਿ ਮੈਂ ਸੁਣਿਆ ਹੈ ਨਾ ਨਾਲ ਦੇ ਕੇਸ ਕਾਫੀ ਕਿ ਆਇਆ ਹੈ ਨਾ ਉੱਧਰ ਕਲੱਬ ਚਲੇ ਗਿਆ ਯੇ ਵੋ ਤੇ ਉੱਥੇ ਕਾਫੀ ਵੇਸਟ ਕਰ ਲਿਆ ਅਰਨਿੰਗ ਕੋਈ ਹੁੰਦੀ ਨਹੀਂ ਹਜ਼ਾਰ ਦੋ ਹਜ਼ਾਰ ਲੈ ਕੇ ਆਏ ਹੁੰਦੇ ਹਾਂ ਆਪਾਂ ਜਿਹੜੇ ਇੰਡੀਆ ਤੋਂ ਕਨਵਰਟ ਕਰਾ ਕੇ ਉਹ ਆਪਾਂ ਇੱਥੇ ਸਾਰਾ ਉਡਾ ਦਿੰਦੇ ਹਾਂ ਜਦੋਂ ਇੱਕ ਭਾਜੀ ਹੋਰ ਜਿਹੜਾ ਜੀ ਆਈ ਸੀ ਵਾਲਾ ਚੱਕਰ ਹੁੰਦਾ ਜਿਹੜਾ ਆਉਂਦੇ ਆਉਂਦੇ ਬੰਦੇ ਕੋਲ 2000 ਆਉਂਦਾ ਹੈਗਾ ਵਾਹ ਉਹ ਤਾਂ ਬੰਦਾ ਨਾ ਚੁੱਪ ਚਾਪ ਆਪਦਾ ਪਾ ਦੇ ਸੇਵਿੰਗ ਦੇ ਵਿੱਚ ਇੱਕ ਕ੍ਰੈਡਿਟ ਕਾਰਡ ਨਾ ਲਵੇ ਆ ਕੇ ਸਾਰਾ ਹਾਂ ਕ੍ਰੈਡਿਟ ਕਾਰਡ ਬੜਾ ਆਰਾਮ ਨਾਲ ਪਿਆਰ ਨਾਲ ਵੇਚਦੇ ਨੇ ਵਾਲਮਾਰਟ ਤਾਂ ਪਿਆਰ ਨਾਲ ਵੀ ਤੁਸੀਂ ਲਾਓਗੇ ਕਿ ਸਾਡੇ ਨਾਲ ਹਾਂਜੀ ਤੁਸੀਂ ਬਣਾਓਗੇ ਕਹਿੰਦੇ 25% ਪਤਾ ਨਹੀਂ $25 ਮਿਲਦਾ ਆ $25 ਤੁਹਾਨੂੰ ਕੈਸ਼ ਬੈਕ ਮਿਲੂਗਾ ਕਾਰਡ ਲੈ ਲਓ ਪਰ ਉਹ ਰਿਵਾਰਡ ਕਾਰਡ ਨਹੀਂ ਉਹ ਕ੍ਰੈਡਿਟ ਕਾਰਡ ਹੁੰਦਾ ਉਹਨਾਂ ਨੂੰ ਇਹ ਨਹੀਂ ਦੱਸਦੇ ਉਹ $25 ਕੁੰਡਾ ਕਰਾ ਦਿੰਦਾ ਫਿਰ ਆਪਣਾ ਹੁਣ ਤੱਕ ਮੇਰਾ 1000 ਤੇ ਪਹੁੰਚਿਆ ਹੋਇਆ ਭਾਈ ਹੁਣ 1000 ਬਣਦਾ ਭਾਈ 2000 ਦੀ ਕ੍ਰੈਡਿਟ ਲਿਮਿਟ ਹੁੰਦੀ ਹੈ ਉਹ ਕਾਫੀ ਆਪਣੇ ਨਾਲ ਦੇ ਜਿਵੇਂ ਆ ਕੇ ਪਹਿਲਾਂ ਸਟਾਰਟਿੰਗ 'ਚ ਨਾ ਲੈ ਲੈਂਦੇ ਸੀਗੇ ਕਿ ਆਪਾਂ ਉਹ ਕਰਾਂਗੇ ਫੀਸ ਭਰਨ ਦੀ ਯੂਜ਼ ਕਰ ਲੈਂਦੇ ਚਲੋ ਉਹ ਵੀ ਠੀਕ ਹੈ ਗੱਲ ਪਰ ਬਹੁਤਾ ਆਪਾਂ ਨੂੰ ਨਾ ਉਹ ਨਹੀਂ ਕਰਨਾ ਚਾਹੀਦਾ ਕ੍ਰੈਡਿਟ ਕਾਰਡਸ ਲੈਣੇ ਨਹੀਂ ਚਾਹੀਦੇ ਕ੍ਰੈਡਿਟ ਕਾਰਡ ਤਾਂ ਬਿਲਕੁਲ ਨਹੀਂ ਉਹਨਾਂ ਹੀ ਕ੍ਰੈਡਿਟ ਹਿਸਟਰੀ ਖਰਾਬ ਹੁੰਦੀ ਹੈ ਆਪਣੇ ਮੈਜੋਰਿਟੀ ਸਟੂਡੈਂਟਸ ਦੀ ਹਿਸਟਰੀ ਠੀਕ ਨਹੀਂ ਹੁੰਦੀ ਹੈ ਨਾ ਮਾਈਨੋਰਿਟੀ ਜਿਹੜੇ ਮੈਨੇਜ ਕਰਕੇ ਚੱਲਦੇ ਨੇ ਠੀਕ ਵੀ ਰਹਿ ਜਾਂਦੇ ਨੇ ਰਾਈਟ ਥੋੜ੍ਹਾ ਬਹੁਤ ਰਹਿੰਦਾ ਹੈਗਾ ਤੇ ਨਹੀਂ ਤਾਂ ਫਿਰ ਉਹੀ ਕ੍ਰੈਡਿਟ ਹਿਸਟਰੀ ਸਭ ਸਭ ਕੁਛ ਦੱਸ ਦਿੰਦੀ ਹੈ ਕੀ ਹੋਇਆ ਫਿਰ ਗੱਡੀ ਲੈਣ ਵੇਲੇ ਔਖਾ ਹੁੰਦਾ ਹਾਂ ਗੱਡੀ ਚਲੋ ਪਹਿਲੀ ਗੱਲ ਹੁੰਦੀ ਹੈ ਦੂਜੀ ਗੱਲ ਜਦੋਂ ਅੱਗੇ ਜਾ ਕੇ ਘਰ ਘੁਰ ਲੈਣਾ ਉਹ ਤਾਂ ਚਲੋ ਗੱਲਾਂ ਠੀਕ ਹੋ ਜਾਂਦੀਆਂ ਨੇ ਪਰ ਗੱਡੀ ਗੁੱਡੀ ਫਿਰ ਹਾਈ ਇੰਟਰਸਟ ਤੇ ਮਿਲਦੀ ਹੈ ਨਾ ਕਹਿਣ ਨੂੰ 6.99 ਹਾਈ ਹੈ ਪਰ ਉਹ 20% ਲਾਉਂਦੇ ਨੇ ਅੰਦਰ ਦਾ ਹਾਂ ਜਦੋਂ ਉਹ ਓਨਰ ਵਾਲਾ ਪੰਗਾ ਪੈ ਗਿਆ ਸੀਗਾ ਮਣੀ ਆਇਆ ਮੇਰਾ ਭਰਾ ਮੇਰੇ ਬਹੁਤ ਹੁੰਦਾ ਅਸੀਂ ਵੀ ਈਵਨ ਜਦੋਂ ਸਟੂਡੈਂਟ ਹੁੰਦੇ ਸੀਗੇ ਸਾਡਾ ਵੀ ਕਿਸੇ ਓਨਰ ਨਾਲ ਨਹੀਂ ਬਣੀ ਹੈਗੀ ਜਾਂ ਕੁਛ ਜਿਵੇਂ ਏਸੀ ਵਾਲੀ ਗੱਲ ਦੱਸੀ ਸੀ ਮੈਂ ਸਾਨੂੰ ਸੀਗਾ ਏਸੀ ਹੋਊਗਾ ਹਨਾ ਜਦੋਂ ਗਰਮੀ ਆਈਆਂ ਕਹਿੰਦਾ ਏਸੀ ਤਾਂ ਹੈ ਹੀ ਨਹੀਂ ਉੱਥੇ ਬਾਈਆਂ ਵਾਂਗੂ ਪਏ ਹੁੰਦੇ ਸੀਗੇ ਅਸੀਂ ਖਿੜਕੀਆਂ ਖੋਲ ਕੇ ਜੇ ਖਿੜਕੀ ਰਾਤ ਨੂੰ ਖੋਲੋ ਭੂੰਡ ਆ ਜਾਂਦੇ ਗਰਮੀਆਂ ਵੇਲੇ ਬਹੁਤ ਬੁਰਾ ਹਾਲ ਹੁੰਦਾ ਭਾਜੀ ਮੈਂ ਕੇਰਾ ਬੈੱਡ ਬਾਕਸ 'ਚ ਵੀ ਰਿਹਾ ਮੈਂ ਤੁਹਾਨੂੰ ਦੱਸਿਆ ਉਹ ਤਾਂ ਬੜਾ ਖਤਰਨਾਕ ਆ ਯਾਰ ਉਹ ਤਾਂ ਟੈਟੂ ਪਾ ਦਿੰਦੇ ਆ ਲੋਕ ਕਹਿੰਦੇ ਨੇ ਹਿੱਕੀ ਸੀ ਨੇ ਨਹੀਂ ਭਰਾਵਾ ਨਹੀਂ 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 ਉਹ ਤਾਂ ਬਹੁਤ ਖਤਰਨਾਕ ਚੀਜ਼ ਆ ਬਹੁਤ ਭਾਜੀ ਉਹ ਤਾਂ ਔਖਾ ਪਰ ਉਹ ਤੋਂ ਬਚਣ ਦਾ ਇੱਕ ਸਾਰਾ ਨਾ ਵਧੀਆ ਤਰੀਕਾ ਕੀ ਆ ਵੀ ਜੇ ਭਾਵੇਂ ਤੁਹਾਡੇ ਉਹਦੇ 'ਤੇ ਵੀ ਹੈਗੇ ਨੇ ਬੈੱਡ ਬਾਕਸ ਹੈ ਨਾ ਉੱਤੇ ਬਸ ਇੱਕ ਉਹਦੀ ਪਲਾਸਟਿਕ ਦੀ ਸ਼ੀਟ ਵਿਛਾ ਦਿਓ ਫਿਰ ਨਹੀਂ ਕੁਛ ਹੋ ਸਕਦਾ ਬਾਕੀ ਧੁੱਪ ਲਵਾ ਦਿਓ ਜਦੋਂ ਕਰਦਾ ਓਦੋ ਬਾਅਦ ਫਿਰ ਸਾਨੂੰ ਹਨਾ ਮਤਲਬ ਨਾਲ ਮੇਰੇ ਫਰੈਂਡਸ ਵੀ ਸੀਗੇ ਤੇ ਮਤਲਬ ਅਸੀਂ ਲੱਭ ਰਹੇ ਸੀਗੇ ਘਰ ਉਦੋਂ 11 ਦਿਨਾਂ ਦੇ ਵਿੱਚ ਕਰਨਾ ਸੀ ਫਿਰ ਮੈਂ ਭਾਜੀ ਉਹਨਾਂ ਦੀ ਪੋਸਟ ਦੇਖੀ ਸੈਂਟੇਨੀਅਲ ਦੇ ਪੇਜ ਤੇ ਫਿਰ ਮੈਂ ਭਾਜੀ ਨੂੰ ਰੀਚ ਕੀਤਾ ਚਲੋ ਭਾਜੀ ਨੇ ਵਧੀਆ ਟਾਈਮ ਤੇ ਰਿਸਪੋਂਸ ਦਿੱਤਾ ਸਾਨੂੰ 4 ਜਣਿਆਂ ਨੂੰ ਫਿਰ ਇਹਨਾਂ ਨੇ ਸਪੇਸ ਦਿੱਤੀ ਹਨਾ ਤੇ ਉਦੋਂ ਬਾਅਦ ਫਿਰ ਅਸੀਂ ਪਹਿਲਾਂ ਬੇਸਮੈਂਟ ਦੇ ਵਿੱਚ ਹੁੰਦੇ ਸੀਗੇ ਹੁਣ ਅਸੀਂ ਵੈਸੇ ਉੱਪਰ ਆ ਚੁੱਕੇ ਹਾਂ ਅਪਗ੍ਰੇਡ ਹੋ ਗਏ ਰੈਂਟ ਥੋੜ੍ਹਾ ਜਿਹਾ ਜ਼ਿਆਦਾ ਦੇ ਦਿੰਦੇ ਰੈਂਟ ਵੀ ਅਪਗ੍ਰੇਡ ਹੋ ਗਏ ਤੇ ਹਾਂਜੀ ਫਿਰ ਉਹਦੇ ਨਾਲ ਬਜਟ ਵੀ ਅਪਗ੍ਰੇਡ ਹੋ ਜਾਂਦਾ ਹੈਗਾ ਤੇ ਚਲੋ ਸਾਰੇ ਜਿਹੜੇ ਫਰਕ ਪੈਂਦਾ ਫਿਰ ਹੁਣ ਭਾਜੀ ਦੇ ਨਾਲ ਹੈਗੇ 6 ਮਹੀਨਿਆਂ ਤੋਂ ਵਧੀਆ ਟਾਈਮ ਨਿਕਲ ਜਾਂਦਾ ਹਰ ਰੋਜ਼ ਘਰੇ ਖੱਪ ਖੁੱਪ ਕਰ ਲਈਦੀ ਆ ਵਧੀਆ ਜੇ ਕਿਤੇ ਹੋਵੇ ਬਸ ਪਲੇ ਸਟੇਸ਼ਨ ਤੇ ਖੇਡ ਲਈਦਾ ਵੈਸੇ ਤਾਂ ਹੁਣ ਕੁਆਰੰਟਾਈਨ ਚੱਲ ਰਿਹਾ ਹੈਗਾ ਕੁਆਰੰਟਾਈਨ ਇੱਦਾਂ ਹੀ ਨਿਕਲਣਾ ਇਹ ਗੇਮਾਂ ਖੇਡ ਖੇਡ ਰਗੜ ਰਗੜ ਕੇ ਕਿੰਨ ਮੈਂ ਕੱਲ੍ਹ ਡਾਊਨਲੋਡ ਕਰੀਆਂ ਫ੍ਰੀ ਵਾਲੀਆਂ ਯਾਰ ਕਿਹੜੀਆਂ ਭਾਈ ਬੁੜੀ ਘੈਂਟ ਇੱਕ ਤਾਂ ਯਾਰ ਪਤਾ ਨਹੀਂ ਕੀ ਬਹੁਤ ਗੱਲਾਂ ਮੇਰੇ ਨਾਲ ਵੀ ਹੋਈਆਂ ਸੀਗੀਆਂ ਬਹੁਤ ਜਗ੍ਹਾ ਚੇਂਜ ਕੀਤੀਆਂ ਨੇ ਜਦੋਂ ਮੈਂ ਨਵਾਂ ਨਵਾਂ ਆਇਆ ਹਰ ਇੱਕ ਮਹੀਨੇ ਲਗਾਤਾਰ ਹਰ ਇੱਕ ਮਹੀਨੇ ਮੈਂ ਜਗ੍ਹਾ ਚੇਂਜ ਕਰੀ ਆ ਮੇਰੇ ਮੈਂ ਇਕੱਲੇ ਨੇ ਨਹੀਂ ਸਾਰੇ ਅਸੀਂ ਨਾਲ ਦੇ ਜਿਹੜੇ ਹੈਗੇ ਸੀ 5-6 ਜਾਣੇ ਅਤੇ ਅਸੀਂ ਪਹਿਲਾਂ ਘਰ ਲਿਆ ਘਰ ਮਤਲਬ ਉਹ ਰੈਨੋਵੇਸ਼ਨ ਕਰਨ ਵਾਲਾ ਸੀਗਾ ਘਰ ਕਾਫੀ ਚੀਜ਼ਾਂ ਜਿਵੇਂ ਕਿਚਨ ਦੇ ਵਿੱਚ ਹੈ ਨਾ ਟੈਪਸ ਵਗੈਰਾ ਰੈਨੋਵੇਟ ਕਰਨੀਆਂ ਸੀਗੀਆਂ ਫਲੋਰ ਸਾਰਾ ਪੋਲਿਸ਼ ਕਰਨ ਵਾਲਾ ਸੀ ਕਾਫੀ ਦਾਗ ਦੁੱਗ ਬਹੁਤ ਗੰਦੇ ਪਏ ਹੋਏ ਸੀਗੇ ਓਨਰ ਕਹਿੰਦਾ ਵੀ ਮੈਂ 2 ਹਫ਼ਤਿਆਂ 'ਚ ਕਰਾ ਦਿੰਦਾ ਹੈ ਨਾ ਅਸੀਂ ਕਿਹਾ ਚੱਲ ਠੀਕ ਹੈ ਹੈ ਨਾ ਰੈਂਟ ਵੀ ਜੈਨੂਇਨ ਸੀਗਾ 1600 ਦਾ ਸਾਨੂੰ ਘਰ ਮਿਲਿਆ ਸੀ ਉਦੋਂ ਪਰ ਗੱਲ ਚਲੋ 2017 ਨਵੰਬਰ ਨਵੰਬਰ ਦੀ ਆ ਅਤੇ ਉਹਦਾ 1600 ਚੱਲ ਜੈਨੂਇਨ ਪ੍ਰਾਈਸ ਸੀਗਾ ਹੈ ਨਾ ਚੱਲ 1600 'ਚ ਠੀਕ ਆ ਸਾਨੂੰ 6 ਜਣਿਆਂ ਨੂੰ
ਤੇ ਅਸੀਂ ਆਪਦੇ ਗੱਦੇ ਗੁੱਦੇ ਬਾਏ ਕਰ ਲਏ ਤੇ ਓਨਰ ਕਦੇ ਲਾਰੇ ਜੇ ਲਾਉਣ ਲੱਗ ਗਿਆ ਵੀ ਹਨਾ ਅੱਜ ਕੱਲ੍ਹ ਐਂ ਜੇ ਕਰਨ ਲੱਗ ਗਿਆ ਹਨਾ ਤੇ ਉੱਪਰੋਂ ਘਰ 'ਚ ਲਾਂਡਰੀ ਨਹੀਂ ਸੀਗੀ ਅਸੀਂ ਗਾਰਬੇਜ ਬੈਗਾਂ ਦੇ ਵਿੱਚ ਪਾ ਕੇ ਆਪਦੇ ਧੋਣ ਵਾਲੇ ਕੱਪੜੇ ਬਾਹਰ ਜਾ ਕੇ ਕੋਇਨ ਲਾਂਡਰੀ ਕਰਦੇ ਹੁੰਦੇ ਸੀਗੇ ਅਤੇ ਬਸ ਉੱਥੇ ਫਿਰ ਇੱਕ ਮਹੀਨਾ ਉੱਥੇ ਹੀ ਰਹੇ ਸੀਗੇ ਉਹ ਇੱਕ ਮਹੀਨੇ ਤੋਂ ਬਾਅਦ ਉੱਥੋਂ ਮੂਵ ਆਊਟ ਕੀਤਾ ਅਤੇ ਗੱਲ ਇਹ ਵੀ ਹੁੰਦੀ ਕਿ ਕਾਲਜ ਦੇ ਨੇੜੇ ਰਹਿਣਾ ਆ ਹਨਾ ਸ਼ਿਫਟ ਤੋਂ 11 ਵਜੇ ਫੋਨ ਆ ਗਿਆ ਕਹਿੰਦੇ ਵੀ ਹਾਂਜੀ ਐਂ ਕਰਕੇ ਤੁਹਾਡਾ ਸਿਨ ਨੰਬਰ ਸਾਨੂੰ ਇੱਥੇ ਪਤਾ ਨਹੀਂ ਕਿਹੜੀ ਕੰਟਰੀ ਦੇ ਇੱਕ ਗੱਡੀ 'ਚ ਵਿੱਚ ਮਿਲਿਆ ਹੈਗਾ ਅਤੇ ਉਹਦੇ ਵਿੱਚ ਪਿੱਛੇ ਨਾਲ ਡਰੱਗਸ ਪਏ ਨੇ ਹੁਣ ਮੈਨੂੰ ਤਾਂ ਇਹਨੂੰ ਹਜੇ 2 ਮਹੀਨੇ ਹੋਏ ਸੀ ਮੈਂ ਉਹ ਡਰ ਗਿਆ ਮੈਂ ਕਿਹਾ ਤੁਹਾਡੀ ਭੈਣ ਨੂੰ ਆ ਕੀ ਹੋ ਗਿਆ ਮੈਂ ਕਿਹਾ ਮੈਂ ਕਿਹਨੂੰ ਦਿੱਤਾ ਉਹਦਾ ਸਿਨ ਨੰਬਰ ਅਤੇ ਮੁੜ ਕੇ ਕਹਿੰਦੇ ਵੀ ਅਸੀਂ ਤੁਹਾਡੇ ਜਿੰਨਾ ਵੀ ਹੁਣ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਆ ਉਹ ਅਸੀਂ ਵੈਰੀਫਾਈ ਕਰਨੇ ਨੇ ਤੁਸੀਂ ਕੀ ਕਰਨਾ ਕਹਿੰਦੇ ਤੁਸੀਂ ਕੈਨੇਡੀਅਨ ਟਾਇਰ ਜਾ ਕੇ ਨਾ ਉਹ ਖਰੀਦਣੇ ਨੇ ਗਿਫਟ ਕਾਰਡ ਕਹਿੰਦੇ 500 ਦੇ ਗਿਫਟ ਕਾਰਡ ਖਰੀਦੋ ਤੇ ਉਸ ਤੋਂ ਬਾਅਦ ਉਹਨਾਂ ਦਾ ਨਾ ਕਹਿੰਦੇ ਨਾਲ ਦੀ ਨਾਲ ਸਾਨੂੰ ਕੋਡ ਸੈਂਡ ਕਰ ਦੀ ਮੈਂ ਗਿਆ ਮੈਂ ਡਰਿਆ ਹੋਇਆ ਉਹ ਉੱਥੇ ਜਿਹੜਾ ਕਸਟਮਰ ਕੇਅਰ ਹੁੰਦੇ ਆ ਉੱਥੇ ਮਤਲਬ ਸਰਵਿਸ ਵਾਲੇ ਉਹਨਾਂ ਨੇ ਦੇਖ ਕੇ ਦੱਸਿਆ ਕਹਿੰਦੇ ਕੀ ਹੋਇਆ ਕਹਿੰਦੇ ਤੇਰਾ ਮੂੰਹ ਜਿਹਾ ਉੱਡਾ ਹੈ ਕਹਿੰਦੇ ਫੋਨ ਤੇ ਕੌਣ ਆ ਮੈਂ ਕੋਈ ਨਹੀਂ ਹੈਗਾ ਉਹਨੇ ਕਿਹਾ ਹੋਇਆ ਸੀ ਵੀ ਦੱਸਣਾ ਨਹੀਂ ਕਹਿੰਦਾ ਜੇ ਤੂੰ ਦੱਸੇਗਾ ਕਹਿੰਦਾ ਮੈਂ ਪੁਲਿਸ ਵਾਲਾ ਐਂ ਕਰ ਦੂੰ ਫਲਾਨਾ ਕਰ ਦੂੰ ਮੈਂ ਉਹਨਾਂ ਨੂੰ ਮੈਂ ਨਾ ਫੋਨ ਮਿਊਟ ਤੇ ਲਾ ਕੇ ਆਪਦੇ ਭਾਅ ਦਾ ਚਲਾਕ ਬਣ ਕੇ ਮੈਂ ਦੱਸਦਾ ਮੈਂ ਕਹਿ ਕਰਕੇ ਕਹਿੰਦੇ ਕੱਟ ਦੇ ਫੋਨ ਉਹਨਾਂ ਨੇ ਫਿਰ ਨਾਲੇ ਤਾਂ ਪਹਿਲਾਂ ਮੇਰੇ ਪੈਸੇ ਰਿਫੰਡ ਕੀਤਾ ਕਹਿੰਦੇ ਨਹੀਂ ਕਹਿੰਦੇ 1500 ਕਹਿੰਦੇ ਤੇਰੇ ਸਾਹਮਣੇ ਜਾਣੇ ਸੀ ਤੂੰ ਕੁਛ ਕਰ ਵੀ ਨਹੀਂ ਸੀ ਕਰ ਸਕਦਾ ਬਚ ਗਏ ਯਾਰ ਇਹ ਫਰਾਡ ਜ਼ਰੂਰ ਆਉਂਦੇ ਹੁੰਦੇ ਆ ਇਹਨਾਂ ਤੋਂ ਬਾਅਦ ਜਿਹੜੇ ਬੰਦੇ ਨਵੇਂ ਆਉਂਦੇ ਨੇ ਉਹਨਾਂ ਨੂੰ ਬਚ ਕੇ ਰਹਿਣਾ ਮੇਰੇ ਵਧੀਆ ਫਰੈਂਡ ਨਾਲ ਹੋਇਆ ਦਵਿੰਦਰ ਨਾਲ ਉਹ ਵਿੰਡਸਰ ਹੈਗਾ ਤੇ ਮੁੰਡਾ ਮੇਰੇ ਤੋਂ 4-6 ਮਹੀਨੇ ਬਾਅਦ ਆਇਆ ਉਹ ਵਿੰਡਸਰ ਸੈਂਟ ਕਲੇਅਰ ਕਾਲਜ 'ਚ ਸੀਗਾ ਉਹ ਨਾ ਮਨਾ ਮੈਂ ਸੀ ਉਹਨੂੰ ਵੀ ਸੇਮ ਸਿਮਿਲਰ ਇੱਦਾਂ ਹੀ ਕਹਿੰਦਾ ਵੀ ਐਂ ਕਾਰਡ ਜਾ ਕੇ ਖਰੀਦਣੇ ਨੇ $400-400 ਦੇ ਖਰੀਦੇ ਸੀ ਪਤਾ ਨਹੀਂ ਉਹਨੇ ਕੁਛ ਕਰਕੇ $800 ਦੇ ਹੈਗਾ ਸੀ ਸਿਸਟਮ ਪਤਾ ਨਹੀਂ 400-400 ਦੇ ਹੁੰਦੇ ਆ 100-100 ਦੇ ਮੈਨੂੰ ਪਤਾ ਨਹੀਂ ਤੇ ਉਹਦੇ ਉਹਨੇ ਦੇਤੇ ਸੀ ਕੋਡ ਵਗੈਰਾ ਤੇ ਉਹਦੇ ਉੱਡ ਗਏ ਸੀ ਸਾਰੇ ਪੈਸੇ ਤੇ ਬਾਅਦ 'ਚ ਉਹਨੇ ਕੰਪਲੇਂਟ ਵਗੈਰਾ ਕੀਤੀ ਪਰ ਬਾਅਦ 'ਚ ਕੀ ਬਾਅਦ 'ਚ ਨਹੀਂ ਕੁਛ ਹੋ ਸਕਦਾ ਜਦੋਂ ਇੱਕ ਵਾਰੀ ਉਹ ਕੋਡ ਅਸੈਸ ਹੋ ਗਏ ਫਿਰ ਮੁੜ ਕੇ ਕਾਗਜ਼ ਆ ਸਿਰਫ ਇੱਕ ਰੀਸੈਂਟ ਹੋਇਆ ਆ ਮੁੰਡੇ ਨੇ ਕਿਜੀਜੀ ਤੇ ਪਾਈ ਹੋਈ ਸੀਗੀ ਐਡ ਬੇਸਮੈਂਟ ਦੀ 2-bedroom ਬੇਸਮੈਂਟ $1000 'ਚ ਤੇ ਵਧੀਆ ਬੇਸਮੈਂਟ ਸੀਗੀ ਫੋਟੋਆਂ ਫੜਵਾਂ ਪਾਈਆਂ ਹੋਈਆਂ ਤੇ ਮੇਰੇ ਨਾਲ ਪੁਰਾਣੇ ਕੰਮ 'ਤੇ ਮੁੰਡਾ ਹੁੰਦਾ ਸੀ ਨਾਲ ਉਹਨੇ ਕਾਲ ਕਰੀ ਉਹਨੂੰ ਬੇਸਮੈਂਟ ਚਾਹੀਦੀ ਸੀਗੀ ਕਾਲ ਕਰੀ ਕਹਿੰਦੇ ਜੀ ਹਾਂਜੀ ਵੀ ਸਾਨੂੰ ਹਨਾ ਵੀ ਬੇਸਮੈਂਟ ਠੀਕ ਲੱਗੀ ਫੋਟੋਆਂ ਦੇ ਵਿੱਚ ਵੀ ਅਸੀਂ ਕਦੋਂ ਦੇਖਣ ਆ ਸਕਦੇ ਹਾਂ ਉਹ ਕਹਿੰਦੇ ਜੀ ਦੇਖਣ ਤਾਂ ਆ ਰਹੇ ਨੇ ਕੱਲ੍ਹ ਨੂੰ ਵੀ ਜੇ ਤੁਸੀਂ ਬੁਕਿੰਗ ਕਰਾਉਣੀ ਆ ਤਾਂ ਕਹਿੰਦੇ ਮੈਂ ਹੋਰ ਫੋਟੋਆਂ ਭੇਜ ਦਿੰਦਾ ਤੁਸੀਂ $500 ਹੁਣੀ ਭੇਜ ਦਿਓ ਅਤੇ ਉਹ ਕਹਿੰਦਾ ਵੀ ਚੱਲ ਠੀਕ ਹੈ ਹਨਾ ਵੀ ਉਹ ਵੀ ਮਹੀਨੇ ਦੇ ਆਖਰੀ ਦੇ 2 ਦਿਨ ਸੀਗੇ ਵੀ ਚੱਲ ਭੇਜ ਦਿੰਦੇ ਹਾਂ ਹਨਾ ਅਤੇ ਉਹਨੇ ਭੇਜਤੇ ਬਾਅਦ 'ਚ ਉਹਦਾ ਫੋਨ ਆਇਆ ਵੀ ਕਹਿੰਦਾ ਵੀ ਮੈਨੂੰ ਨਾ ਓਨਰ ਨੂੰ ਰੈਂਟ ਸਬਮਿਟ ਕਰਾਉਣਾ ਆ ਜਿਵੇਂ ਮੈਂ ਫੋਨ ਕਰ ਦੇਵਾਂ ਹਨਾ ਵੀ ਓਨਰ ਨੂੰ ਮੈਂ ਰੈਂਟ ਸਬਮਿਟ ਕਰਾਉਣਾ ਆ ਕਿ ਬਾਕੀ ਦੇ ਪੈਸੇ ਵੀ ਹੁਣੀ ਭੇਜ ਦਿਓ ਵੀ ਨਹੀਂ ਤਾਂ ਫਿਰ ਮੈਨੂੰ ਹੋਰ ਕਿਸੇ ਨੂੰ ਦੇਣੀ ਪੈਣੀ ਜਿਹੜੇ ਮੈਨੂੰ ਫੁੱਲ ਰੈਂਟ ਦੇ ਰਿਹਾ ਆ ਉਹਨੇ ਬਾਕੀ ਦੇ ਵੀ ਭੇਜਤੇ ਮੁੜ ਕੇ ਨੰਬਰ ਬਲੌਕ ਚਲੋ ਜੀ ਐਡ ਵੀ ਰਿਮੂਵ ਉੱਥੇ ਘਰ 'ਚ ਜਾ ਕੇ ਦੇਖੋ ਕੋਈ ਹੋਰ ਹੀ ਰਹਿ ਰਿਹਾ ਟਾਈਮ ਗਿਆ ਹੁਣ ਤਾਂ ਵਧੀਆ ਹੋ ਗਿਆ ਬੈਕ ਯਾਰਡ ਦੇਖੋ ਸਾਡਾ ਸਾਫ ਕਰਨ ਵਾਲਾ ਯਾਰ ਬੈਕ ਯਾਰਡ ਬਹੁਤ ਸਾਫ ਕਰਨਾ ਟਰਬਲ ਚ ਸੀਗੇ ਜਿਸ ਟਾਈਮ ਤੇ ਸਾਨੂੰ ਘਰ ਨੀ ਮਿਲਣ ਜਿਵੇਂ ਤੁਹਾਨੂੰ ਦੱਸਿਆ ਕਿ ਮੈਂ ਤਾਂ ਆਉਂਦੇ ਸਾਰ ਹੀ ਮੇਰੇ ਭਰਾ ਨੂੰ ਜਿਹੜਾ ਸਿਚੁਏਸ਼ਨ ਹੋਇਆ ਨਾ ਬੜਾ ਔਖਾ ਹੁੰਦਾ ਬੰਦਾ ਡਰ ਹੀ ਜਾਂਦਾ ਬਹੁਤ ਬੰਦਾ ਡਰ ਜਾਂਦਾ ਮੈਂ ਆਇਆ ਹੀ ਸੀ ਨਾ ਤੇ ਐਵੇਂ ਹੋ ਗਿਆ ਬਾਈ ਬਹੁਤ ਜ਼ਿਆਦਾ ਹੋ ਜਾਂਦਾ ਬਟ ਟੂ ਬੀ ਆਨੈਸਟ ਅਗਰ ਤੁਹਾਨੂੰ ਵਧੀਆ ਬੰਦੇ ਮਿਲ ਜਾਂਦੇ ਆ ਨਾ ਤੇ ਫਰਕ ਪੈਂਦਾ ਤੇ ਭਾਜੀ ਨੂੰ ਐ ਨੀ ਹੈਗਾ ਕਿ ਹੁਣ ਤੁਸੀਂ ਲਾਈਕ ਤੇ ਸਬਸਕ੍ਰਾਈਬ ਕਰਨ ਨੂੰ ਕਹਿ ਰਹੇ ਆ ਅਸੀਂ ਤੁਸੀਂ ਐ ਸਮਝੋ ਬਹੁਤ ਜ਼ਿਆਦਾ ਪਬਲਿਕ ਹਾਂ ਇਹ $10 ਦੇ ਰਹੇ ਮੈਨੂੰ ਕੁਛ ਨੀ ਮਿਲਦਾ ਘਰ ਤੁਸੀਂ ਦੇਖ ਸਕਦੇ ਹੋ ਭਾਜੀ ਮੈਂ ਰਿਕੁਐਸਟ ਕਰਾਂਗਾ ਐਂਡ ਆਫ ਦਾ ਵੀਡੀਓ ਤੁਸੀਂ ਥੋੜਾ ਆਪਣਾ ਬੈਕ ਯਾਰਡ ਵੀ ਦਿਖਾਓ ਕਾਰੋਬਾਰ ਵੀ ਦਿਖਾਓ ਅਗਲੇ ਹਫਤੇ ਮੈਂ ਡਿਸਕਾਊਂਟ ਹੀ ਪੁੱਛ ਲਈ ਭਾਜੀ ਨੂੰ ਕਰ ਦੋ ਘੱਟ ਵੱਧ ਕੈਸ਼ ਪ੍ਰੈਫਰ ਕਰਦੇ ਚਲੋ ਮਿਲਦੇ ਆ ਫਿਰ ਅਗਲੀ ਵੀਡੀਓ ਦੇ ਵਿੱਚ।
ਹੁਣ ਆਪਾਂ ਇੱਥੇ ਸਮਾਪਤ ਕਰਦੇ ਹਾਂ।